ਫਿਲਮੀ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਪੰਜਾਬ ਦੇ ਨੌਜਵਾਨ ਅਨੁਜ ਥਾਪਨ ਨੇ ਪੁਲਿਸ ਹਿਰਾਸਤ ਦੇ ਵਿੱਚ ਖੁਦਕੁਸ਼ੀ ਕਰ ਲਈ ਹੈ। ਅਨੁਜ ਥਾਪਨ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਸੁਖਚੈਨ ਦਾ ਰਹਿਣ ਵਾਲਾ ਸੀ। ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਉਸਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਸੀ ਤੇ ਮੁੰਬਈ ਲੈ ਗਈ ਸੀ। ਗ੍ਰਿਫਤਾਰੀ ਤੋਂ ਬਾਅਦ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਸੀ, ਲੇਕਿਨ ਅੱਜ ਜਿਵੇਂ ਹੀ ਅਨੁਜ ਦੀ ਮੌਤ ਦੀ ਖਬਰ ਪਿੰਡ ਤੇ ਘਰ ਪਹੁੰਚੀ ਤਾਂ ਪਰਿਵਾਰ ਵਿੱਚ ਮਾਤਮ ਪਸਰ ਗਿਆ। ਅਨੁਜ ਦੇ ਭਰਾ, ਪਰਿਵਾਰ ਤੇ ਪਿੰਡ ਦੇ ਸਰਪੰਚ ਨੇ ਉਸ ਦੀ ਮੌਤ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਪਰਿਵਾਰ ਤੇ ਪਿੰਡ ਦੇ ਸਰਪੰਚ ਮਨੋਜ ਗੋਦਾਰਾ ਦੇ ਇਲਜ਼ਾਮ ਨੇ ਕਿ ਅਨੁਜ ਨੇ ਆਤਮ ਹੱਤਿਆ ਨਹੀਂ ਕੀਤੀ, ਸਗੋਂ ਪੁਲਿਸ ਹਿਰਾਸਤ ਦੇ ਦੌਰਾਨ ਪੁਲਿਸ ਦੀ ਕੁੱਟਮਾਰ ਕਾਰਨ ਉਸ ਦੀ ਹੱਤਿਆ ਹੋਈ ਹੈ। ਉਹਨਾਂ ਮਾਮਲੇ ਦੀ ਜਾਂਚ ਮਹਾਰਾਸ਼ਟਰ ਰਾਜ ਤੋਂ ਬਾਹਰ ਦੀ ਪੁਲਿਸ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਅਨੁਸਥਾਪਨ ਕੀ ਲੱਗਦਾ ਤੁਹਾਡਾ ਭਰਾ ਸੀ? ਅੱਛਾ, ਪਿੰਡ ਕਿਹੜਾ ਹੈਗਾ? ਅਨੁਸਥਾਪਨ ਨੂੰ ਲੈ ਕੇ ਗਏ ਸੀ, ਕਿਵੇਂ ਪਤਾ ਲੱਗਿਆ ਸਾਰੀ ਗੱਲ ਦਾ? ਪਤਾ ਕੀ ਕੁਛ ਸੀਗਾ? ਉਹ ਤਾਂ ਗੱਡੀ ਤੇ ਗਿਆ ਸੀ ਜੀ, ਤੇ ਗੱਡੀ ਤੋਂ ਵਿਚਾਲੇ ਉਤਾਰ ਲਿਆ ਸੰਗਰੂਰ ਕੋਲ, ਉੱਥੋਂ ਲੈ ਕੇ ਗਏ। ਅੱਛਾ, ਤੇ ਉਸ ਗੱਲ ਦਾ ਕਦੋਂ ਪਤਾ ਲੱਗਿਆ ਸੀ ਤੁਹਾਨੂੰ? ਉਹਨਾਂ ਨੂੰ ਅਸੀਂ ਇੱਕ ਦਿਨ ਬਾਅਦ ਫੋਨ ਕਰਿਆ ਸੀ ਉਹਨਾਂ, ਕਹਿੰਦੇ ਅਸੀਂ ਲੈ ਆਏ ਹਾਂ। ਅੱਛਾ, ਮੁੰਬਈ। ਅੱਜ ਦੀ ਜਿਹੜੀ ਘਟਨਾ ਹੋਈ ਹੈ, ਕੀ ਪਤਾ ਲੱਗਿਆ ਉਹਦੇ ਬਾਰੇ? ਉਹਦੇ ਬਾਰੇ ਉਹਨਾਂ ਨੇ ਫੋਨ ਨਹੀਂ ਕੀਤਾ ਸੀ ਸਾਨੂੰ। ਕਿੰਨਾ ਸੁਸਾਈਡ ਕਰ ਲਿਆ? ਤੇ ਫਿਰ ਕੀ ਹੁਣ ਕੀ ਮੰਗ ਕਰ ਰਹੇ ਹੋ ਤੁਸੀਂ ਜਿਹੜਾ ਹੈਗਾ? ਉਹਨੇ ਤਾਂ ਇਨਸਾਫ ਦੀ ਕਰਦੇ ਹਾਂ ਜੀ, ਕਾਰਵਾਈ ਕਰਨੀ ਚਾਹੀਦੀ ਹੈ। ਆ ਮਾਮਲਾ ਹੀ ਸਾਰਾ ਮੁੱਢ ਤੋਂ ਹੀ ਸੰਦਿਗਧ ਚੱਲਿਆ ਆ ਰਿਹਾ। ਇਹਦੇ ਵਿੱਚ ਨਾ ਤਾਂ ਪੰਚਾਇਤ ਨੂੰ ਉਹਨਾਂ ਨੇ ਸੂਚਿਤ ਕੀਤਾ ਵੀ ਤੁਹਾਡੇ ਪਿੰਡ ਦਾ ਬੰਦਾ ਹੈ ਭਾਈ, ਇਹ ਅਸੀਂ ਲੈ ਕੇ ਜਾ ਰਹੇ ਹਾਂ। ਰਾਹ ਦੇ ਵਿੱਚੋਂ ਇੱਕ ਦਿਹਾੜੀਦਾਰ ਬੰਦੇ ਨੂੰ ਉਠਾ ਲੈਣਾ ਟਰੱਕ ਦੇ ਉੱਤੇ, ਕੋਈ ਸੰਗਰੂਰ ਕੋਲੇ ਟੋਲ ਪਲਾਜ਼ਾ ਦੱਸਦੇ ਆ, ਉੱਥੋਂ ਉਹਨਾਂ ਨੇ ਚੁੱਕ ਕੇ ਲੈ ਕੇ ਗਏ ਆ। ਕਿਸੇ ਨੂੰ ਉਹਨਾਂ ਨੇ ਸੂਚਿਤ ਨਹੀਂ ਕੀਤਾ। ਘਰਦਿਆਂ ਨੂੰ ਵੀ ਇੱਕ ਦਿਨ ਬਾਅਦ 'ਚ ਫੋਨ ਕਰਦੇ ਆ ਅਤੇ ਇੰਨਾ ਹੀ ਦੱਸਦੇ ਵੀ ਅਸੀਂ ਲੈ ਆਏ ਹਾਂ ਅਤੇ ਅਸੀਂ ਕਾਰਵਾਈ ਕਰੀ ਜਾਂਦੇ ਹਾਂ। ਅੱਜ 3:08 ਦੇ ਉੱਤੇ ਸਾਨੂੰ ਸੁਨੇਹਾ ਮਿਲਿਆ, ਇਹ ਮੇਰੇ ਕੋਲ ਆਏ ਆ। ਮੈਂ ਤਾਂ ਤੁਹਾਡੇ ਅੱਗੇ ਅੱਗੇ ਕਿਉਂਕਿ ਗਹੁੰ ਦੀ ਪੀਕ ਦਾ ਪੀਕ ਸੀਜ਼ਨ ਚੱਲੀ ਜਾਂਦਾ, ਸਾਡੇ ਤਾਂ ਖੇਤ 'ਚ ਕੰਮ ਸੀ, ਖੇਤ 'ਚ ਆਏ ਹਾਂ। ਇਹ ਆਏ ਆ ਵੀ ਸਾਨੂੰ ਸੁਨੇਹਾ ਮਿਲਿਆ ਸਰਪੰਚ ਸਾਹਿਬ ਉਹਦਾ ਮਾਰਤਾ, ਹੁਣ ਕਹਿੰਦੇ ਖੁਦਕੁਸ਼ੀ ਕਰ ਲਈ ਬੰਦੇ ਨੇ। ਮੈਂ ਫਿਰ ਫੋਨ ਕੀਤਾ, ਇਹਨਾਂ ਨੰਬਰ ਦਿੱਤਾ ਉਹਦੇ ਉੱਤੇ, ਉਹਨਾਂ ਨੇ ਕੋਈ ਸਹੀ ਗੱਲ ਨਹੀਂ ਦੱਸੀ ਮੈਨੂੰ। ਮੈਨੂੰ ਵੀ ਇੰਨਾ ਹੀ ਦੱਸਿਆ ਵੀ ਹਾਂ ਉਹਨੇ ਖੁਦਕੁਸ਼ੀ ਕਰ ਲਈ ਅਤੇ ਤੁਸੀਂ ਆ ਕੇ ਇਹਨੂੰ ਲੈ ਜਾਓ ਇੱਥੇ। ਲਿਜਾਣ ਦਾ ਵੀ ਇਹ ਡੂਢ ਕਿੱਲਾ ਪੈਰੀ ਹੈਗੀ ਅਤੇ ਮਜ਼ਦੂਰ ਬੰਦੇ, ਇਹਦਾ ਭਰਾ ਵੀ ਮਜ਼ਦੂਰੀ ਕਰਦਾ ਸੀ ਟਰੱਕ ਦੇ ਉੱਤੇ, ਹੈਲਪਰ ਦਾ ਕੰਮ ਕਰਦਾ ਸੀਗਾ। ਇਹ ਕਿੱਥੋਂ ਤਾਂ ਬੰਬੇ ਜਾਣਗੇ? ਫਿਰ ਇਹਨਾਂ ਦੀ ਮੰਗਾ ਹੈ, ਕਿਉਂਕਿ ਇਹ ਬੱਚਾ ਛੋਟਾ ਹੈ ਜਿਵੇਂ ਤੁਸੀਂ ਵੇਖਿਆ, ਇਹ ਬੋਲ ਹੀ ਨਹੀਂ ਸਕਦਾ, ਆਪਣੇ ਅੱਗੇ ਤੁਹਾਡੇ ਅੱਗੇ ਹੀ ਨਹੀਂ ਬੋਲ ਸਕਦਾ, ਹੋਰ ਕਿੱਥੇ ਗੱਲ ਦੱਸੂਗਾ ਆਪਦੀ। ਇਹਨਾਂ ਦੀ ਆਹ ਮੰਗ ਹੈ ਵੀ ਬੰਬੇ ਤੋਂ ਬਾਹਰ ਇਸ ਚੀਜ਼ ਦੀ ਜਾਂਚ ਕਰਾਈ ਜਾਵੇ ਵੀ ਕੀ ਕਹਾਣੀ ਵਾਪਰੀ ਹੈ ਮੁੰਡੇ ਨਾਲੇ। ਮੰਨਦੇ ਹਾਂ ਜੇ ਉਹ ਕਸੂਰਵਾਰ ਸੀ ਤਾਂ ਅਦਾਲਤ ਨੇ ਸਜ਼ਾ ਦੇਣੀ ਸੀ। ਪੁਲਿਸ ਦਾ ਕੋਈ ਰਾਈਟ ਨਹੀਂ ਬਣਦਾ ਬਈ ਬੰਦੇ ਨੂੰ ਕੁੱਟ ਪਿੱਟ ਕੇ ਮਾਰ ਦਿਓ ਅਤੇ ਫਾਹੇ ਟੰਗ ਦਿਓ ਅਤੇ ਕਹਿ ਦਿਓ ਖੁਦਕੁਸ਼ੀ ਹੋ ਗਈ। ਇਹ ਗੱਲਾਂ ਚੱਲਦੀਆਂ ਨਹੀਂ ਹੁਣ, ਕਿਉਂਕਿ ਡਿਜੀਟਲ ਜ਼ਮਾਨਾ ਹੈਗਾ, ਸਾਰੇ ਸਬੂਤ ਪੁਖਤਾ ਮਿਲ ਜਾਣਗੇ ਜੇ ਜਾਂਚ ਹੋਊਗੀ ਤਾਂ। ਅਤੇ ਇੱਕ ਡਾਕਟਰਾਂ ਦਾ ਪੈਨਲ, ਉਹ ਵੀ ਬਾਹਰ ਦਾ ਹੋਵੇ, ਕਿਉਂਕਿ ਜਿੱਥੇ ਸਲਮਾਨ ਖਾਨ ਵਰਗੇ ਨਾਇਕ ਦੀ ਗੱਲ ਆਉਂਦੀ ਹੋਵੇ, ਉਹਨਾਂ ਕੋਲ ਨਾ ਪੈਸੇ ਦੀ ਕਮੀ ਨਾ ਕੋਈ ਚੀਜ਼ ਦੀ ਕਮੀ ਨਹੀਂ, ਉੱਥੇ ਨਿਆਂ ਮਿਲਣਾ ਸਾਨੂੰ ਨਾਮੁਮਕਿਨ ਹੈ। ਪਰਿਵਾਰ ਦੀ ਮੰਗਾਂ ਹੈ
ਭਾਈ ਮਹਾਰਾਸ਼ਟਰ ਤੋਂ ਬਾਹਰ ਪੋਸਟਮਾਰਟਮ ਹੋਵੇ, ਬੋਰਡ ਕਿਹਦੇ ਦੁਆਰਾ ਪੋਸਟਮਾਰਟਮ ਕੀਤਾ ਜਾਵੇ, ਅਸਲ ਕਹਾਣੀ ਸਾਨੂੰ ਦੱਸੀ ਜਾਵੇ, ਬਾਹਰ ਦੀ ਪੁਲਿਸ ਇਸ ਕੇਸ ਨੂੰ ਇਨਵੈਸਟੀਗੇਟ ਕਰਕੇ ਜਿਹੜਾ ਵੀ ਇਹਦੇ ਵਿੱਚ ਅਧਿਕਾਰੀ, ਬੇਸ਼ੱਕ ਉਹ SSP ਲੈਵਲ ਦਾ ਹੈ, ਬੇਸ਼ੱਕ ਉਹ ਕਾਂਸਟੇਬਲ ਰੈਂਕ ਦਾ ਹੈ, ਜਿਹੜਾ ਵੀ ਇਸ ਮਸਲੇ ਦੇ ਵਿੱਚ ਕ੍ਰਾਈਮ ਬ੍ਰਾਂਚ ਦਾ ਇਨਵੋਲਵ ਹੈ, ਉਹਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂ? ਕਿਉਂਕਿ ਨਿਆਂ ਦੇਣ ਵਾਸਤੇ ਅਦਾਲਤਾਂ ਬਣਾਈਆਂ, ਨਾ ਕਿ ਪੁਲਿਸ। ਪੁਲਿਸ ਦਾ ਕੰਮ ਹੈ ਮੁਲਜ਼ਮ ਨੂੰ ਅਰੈਸਟ ਕੀਤਾ, ਪੇਸ਼ ਕਰ ਦਿਓ, ਅੱਗੇ ਉਹ ਜਾਣੇ, ਉਹਨਾਂ ਦਾ ਕੰਮ ਜਾਣੇ। ਅਤੇ ਸਾਡਾ ਬੰਦਾ ਮਾਰਤਾ। ਹੁਣ ਸਲਮਾਨ ਖਾਨ ਦੀ ਜੇ ਗੱਲ ਕਰੀਏ, ਸਲਮਾਨ ਖਾਨ ਜਿਸ ਬੰਦੇ ਦੇ ਅੱਗੇ ਵਿਸੋਈ ਲੱਗਦਾ ਹੈ, ਉਹਦੇ ਤੋਂ ਇੰਨੀ ਖਾਰ ਖਾਂਦਾ ਹੈ ਵੀ ਅੰਦਾਜ਼ਾ ਨਹੀਂ, ਕਿਉਂਕਿ ਹਿਰਨ ਵਾਲਾ ਕੇਸ ਹੋਇਆ, ਉਹਦੇ ਵਿੱਚ ਉਹ ਇਨਵੋਲਵ ਹੈ, ਉਹ ਸਾਰੇ ਸਮਾਜ ਨੂੰ ਹੀ ਸਾਨੂੰ ਕਿਰਨਾਂ ਦੀ ਦ੍ਰਿਸ਼ਟੀ ਨਾਲ ਵੇਖਦਾ ਹੈ। ਅਤੇ ਸਾਡੇ ਸਮਾਜ ਦਾ, ਸਾਡੇ ਗੁਰੂਆਂ ਦਾ ਕਹਿਣਾ ਹੈ ਜੀਵ ਰੱਖਿਆ ਕਰਨੀ ਲੀਲੋ ਰੁਸਣਾ ਦਾਵੇ, ਉਹ ਸਿਧਾਂਤ ਉੱਤੇ ਅਸੀਂ ਚੱਲਣ ਵਾਲੇ ਬੰਦੇ ਹਾਂ। ਅਤੇ ਬਿਸਨੋਈ ਕਰਕੇ ਹੀ ਉਹਨੇ ਸਾਮ ਦਾਮ ਦੰਡ ਭੇਦ ਨਾਲੇ ਮੇਰੇ ਪਿੰਡ ਦਾ ਮੁੰਡਾ ਮਾਰ ਮੁਕਾਇਆ ਹੈ। ਅਤੇ ਜਿਹੜੇ ਜਿਹੜੇ ਵੀ ਮੈਂ ਸਲਮਾਨ ਖਾਨ ਜਿਹੜੇ ਇਹਦੇ ਵਿੱਚ ਸ਼ਾਮਿਲ ਹੈ, ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ।